ਕਿਹੜੀ ਗਾਂ ਦੀ ਗੱਲ ਕਰ ਰਹਾ ਓ ਯਾਰ ਓ ਜਿਹੜੀ ਗਾਂ ਅੰਦਰ ਨਹੀਂ ਖਲੋਤੀ ਅਨੁਕਰਣੀ ਹਾਂ ਅੱਛਾ ਇਹ ਗਾਂ ਕਿਹੜੀ ਮੈਨੂੰ ਨਹੀਂ ਦਿਸੀ ਓ ਜਿਹੜੀ ਗਾਂ ਨਹੀਂ ਖਲੋਤੀ ਇਧਰਲੇ ਪਾਸੇ ਕਾਲੀ ਆਹੋ ਆ ਸਾਹਮਣੇ ਹਾਂ ਓ ਕੋ ਨਹੀਂ ਪੋਡੀ ਓ ਗਾਂ ਵੇਚਦੀ ਏ ਵੇਚ ਕੇ ਤੇ ਉਹਦੇ ਥਾਂ ਤੇ ਕੋਈ ਹੋਰ ਬਣਦੀ ਅੱਛਾ ਕਿਉਂਕਿ ਦੁੱਧ ਦੀ ਐਵਰੇਜ ਘੱਟ ਗਈ ਆ ਉਹਨੇ ਏਡਾ ਕੋਈ ਦੁੱਧ ਨਹੀਂ ਦਿੱਤਾ ਉਹਨੇ ਦੁੱਧ 20 ਕਿਲੋ ਦੇ ਉੱਤੇ ਦੁੱਧ ਨਹੀਂ ਵਧੀ ਪੂਰੇ ਸੂਬੇ 'ਚ ਉਹਨੂੰ ਕੀ ਕਰਨਾ ਪਹਿਲੇ ਮੈਨੂੰ ਇਹ ਦੱਸ 4500 ਨੂੰ ਵੰਡਾ ਪਾਈ ਜਾਂਦੇ 1000 ਨੂੰ ਤੂੜੀ ਹੋ ਗਈ ਸੈਲ ਜਾਂ ਨਹੀਂ ਸਰਦਾ ਨਹੀਂ ਸਾਥ ਪੂਰੇ ਸੂਏ ਦਾ 20 ਕਿਲੋ ਦਿੱਤਾ ਯਾਰ ਮਕਸਦ ਇਹ ਹੈ ਨਾ ਵੀ 20 ਕਿਲੋ ਤੱਕ ਜਾਂਦੀ ਦੋ ਤੇ ਦਿਹਾੜੀ ਦਾ ਅੱਛਾ ਇੱਕ ਦਿਨ ਦਾ 20 ਕਿਲੋ ਹਾਂ ਤੇ ਹੋਰ ਤਾਂ ਇਹਨੇ ਕੋਈ ਜਾਂਦਾ ਯਾਰ ਯਾਰ ਐਵੇਂ ਨਾ ਮੇਰੀ ਗੱਲ ਸੁਣ 3 ਮਹੀਨੇ ਦਿੰਦੀ 20 ਕਿਲੋ ਯਾਰ ਮੇਰੀ ਗੱਲ ਸੁਣ ਆ ਜਿਹੜੇ ਮੁੜ ਕੇ ਦੁੱਧ ਘਟ ਜਾਂਦੇ ਆ ਜਿਹੜੇ ਫਲ ਫਿਰਦੇ ਛੋਟੇ ਹਾਂ ਇਹ ਕੱਟੀ ਜਿਹੜੇ ਬੱਚੇ ਛੋਟੇ ਛੋਟੇ ਫਿਰਦੇ ਇਹਨਾਂ ਨੂੰ ਵੇਚ ਕੇ ਤੇ ਉਹਦੀ ਥਾਂ ਦੇ ਕੋ ਨਵੀਂ ਗਾਂ ਪਾ ਲਾ ਤੇ ਉਹਨੂੰ ਨਹੀਂ ਆਪਾਂ ਕੱਢਣਾ ਨਸਲ ਚੰਗੀ ਹੈ ਤੇ ਚਲੋ ਇਹ ਵੀ 4 ਦਿਨ ਤੋਂ ਤੇ ਪਿਆਇਆ ਉਹਨੇ ਆਪਾਂ ਨੂੰ ਵਕਤ ਲੱਗੇ ਜਗ੍ਹਾ ਤੇ ਲੱਗੇ ਉਹਨੇ 5 ਮਹੀਨਿਆਂ ਦਾ ਫਲ ਸੁੱਟਤਾ ਉਹ ਗਾਂ ਆਪਣੀ ਅਕਲ ਚ ਨਹੀਂ ਆਉਂਦੀ ਉਹਨੂੰ ਹੁਣ ਕੱਢ ਦਈਏ ਕੋਈ ਗੱਲ ਨੀ ਅਗਲੇ ਸੁਬਹ ਫਿਰ ਵੇਖ ਲੈਣੇ ਇੱਕ ਵਾਰੀ ਬਣੇਗੀ ਨਾ ਫਿਰ ਪਤਾ ਲੱਗੇਗਾ ਫਿਰ ਵੇਖਾਂਗੇ ਇਹਦਾ ਹਿਸਾਬ ਕਿਤਾਬ ਹੁਣ ਨੀ ਕਰਨਾ ਉਹ ਦੁੱਧ ਦੁੱਧ ਤੇ ਛੁੱਟੀ ਕਰ ਗਏ 6-7 ਨਾ ਲੈ ਬਸ ਉਹ ਯਾਰ ਵਹਿਣਾ ਤਿਆਰ ਹੋ ਜਾਣਗੀਆਂ ਨਹੀਂ ਫਿਰਦੀਆਂ ਨਹੀਂ ਨਹੀਂ ਮਿਹਰਬਾਨੀ ਕਰ ਉਹਦਾ ਨਾਂ ਨਾ ਲੈ ਤੇ ਇਹਨਾਂ ਦਾ ਭਾਵੇਂ ਅੱਜ ਕਰ ਲੈ ਜਾਂ ਸਵੇਰੇ ਵੇਚ ਲੈ ਜਦੋਂ ਤੇਰਾ ਦਿਲ ਕਰੇ ਦੁੱਧ ਦੀ ਐਵਰੇਜ ਪੂਰੀ ਨਹੀਂ ਦੋਜੀ ਸਿਰ ਤੇ ਬਾਹਰ ਰੱਖੀ ਖੜਾ ਰੋ ਯਾਰ ਮੈਂ ਗੱਲ ਮੁਕਾ ਨਹੀਂ ਦਿੱਤੀ ਵੀ ਉਹ ਨਹੀਂ ਦੇਣੀ ਹੈ ਬਸ ਯਾਰ ਉਹ ਕਿਉਂ ਨਹੀਂ ਦੇਣੀ ਉਹ ਨਾਨਕੇ ਹੋਂ ਆਈ ਹੈ ਵੀ ਉਹ ਦੇਣੀ ਨਹੀਂ ਕਿੱਥੋਂ ਵੀ ਆਇਆ ਨਹੀਂ ਦੇਣੀ ਬਸ ਇਹ ਜਿਹੜੇ ਫਿਰਦੇ ਇਹਨਾਂ ਨੂੰ ਆਪਣਾ ਵੇਚ ਲੈ ਵੇਚ ਕੇ ਜਿਹੜੀ ਸ਼ਾ ਮਰਜ਼ੀ ਲੈ ਜਿਹੜਾ ਯਾਰ ਇਹਨਾਂ ਨਾਲ ਵੇਚ ਕੇ ਆਪਾਂ ਜਹਾਜ਼ ਲੈ ਲੈਣਾ ਜਿਹੜੇ ਸੂਰਤੇ ਵਾਲਾ ਇਹ ਫਿਰਦੇ ਰਹਿਣਗੇ ਵੈੜਾ ਤਿਆਰ ਹੋਣੀਆਂ ਉਹ ਵੈੜ ਪਾਉਣੇ ਤੇਰੇ ਦੀ ਕੱਲੀ ਨਾ ਮੇਰਾ ਵੀ ਉਹਦੇ ਨਾਲ ਲੈ ਤੂੰ ਉਹ ਵੈੜ ਜਿਹੜੀ ਖਲੋਤੀ ਨਹੀਂ ਖਲੋਤੀ ਆ ਜਿਹੜੀ ਆ ਅੱਛਾ ਆ ਵੈੜ ਹੈ ਜੀ ਇੱਕ ਦੋ ਤਿੰਨ ਸਾਲਾਂ ਤਿਆਰ ਹੋ ਜੂਗੀ ਯਾਰ 3 ਸਾਲ ਤਾਂ ਨਹੀਂ ਲੱਗਦੇ 4 ਸਾਲ ਜਾਣੇ ਬਾਕੀ ਚਲੋ ਫਿਰ ਵੀ ਫੁਰ ਦੇ ਨਾਲ ਪੂਰ ਛੋੜਾ ਤਿਆਰ ਹੋ ਜੂਗਾ ਕਿਵੇਂ ਅੱਜ ਬਾਬਾ ਬਾਹਰੋਂ ਗਾਵਾਂ ਲੈਣੀਆਂ ਬੜੀਆਂ ਔਖੀਆਂ ਗੱਲਾਂ ਨਾਲ ਤੇ ਬੰਦਾ ਹਰ ਚੀਜ਼ ਲੈ ਲੈਂਦਾ ਕਿਵੇਂ ਮਕਸਦ ਜੋ ਚੀਜ਼ ਲੈਣ ਜਾਉ ਨਾ ਪਤਾ ਉਦੋਂ ਲੱਗਦਾ ਉਹ ਕਮਲੇ 4 ਦਿਨ ਤੋਂ ਚੰਗਾ ਪਿਆਇਆ ਐਵੇਂ ਵੇਚਣੀ ਆਪਾਂ ਉਹ ਵੈੜ ਦੁੱਧ ਨੂੰ ਹੌਲੀ ਨਿਕਲੀ 3 ਮਹੀਨੇ 20 ਕਿਲੋ ਦੇ ਉੱਤੇ ਨਹੀਂ ਟੱਪਦੀ ਹੁਣ ਘਟ ਗਈ ਹੈ ਉਹ 20 ਕਿਲੋ ਤੇਰੀ ਤੱਕ ਨਹੀਂ ਪੈਂਦੀ ਹੁਣ ਘਟ ਗਈ ਹੁਣ ਉਹੀ 10 ਸਿਰ ਕੋਈ ਗੱਲ ਨਹੀਂ ਇੱਕ ਟਾਈਮ ਦਾ ਫਿਰ ਬਣੇਗੀ ਦੋ ਟਾਈਮਾਂ ਦਾ 10 ਕਿਲੋ ਦਿੰਦੀ ਯਾਰ ਜਦੋਂ ਸੁੰਦੀ ਹੈ ਨਾ ਉਦੋਂ 3 ਮਹੀਨੇ ਦੋ ਦਿਨ 10 ਕਿਲੋ ਸਵੇਰ 10 ਕਿਲੋ ਸ਼ਾਮ ਜਦੋਂ ਇਹ ਤਰੋੜ 3 ਮਹੀਨਿਆਂ ਤੋਂ ਬਾਅਦ ਹੋ ਜਾਏ ਤੇ ਉਹ ਸਹੀ ਕਹਿੰਦਾ ਵੇਚਣ ਵਾਲੀ ਨਹੀਂ ਯਾਰ ਫਿਰ ਇਹੋ ਤਾਂ ਗੱਲ ਇਹਨਾਂ ਨਾ ਇਹਨੂੰ ਐ ਵੀ ਸਿਰਫ ਡੰਗਰ ਮਾਰੇ ਥੱਲੇ ਡੋਣ ਹੋਇਆ ਨਹੀਂ ਤੇ ਬਾਅਦ ਕੱਢ ਦਿਓ ਨਵਾਂ ਲਿਆਓ ਯਾਰ 4500 ਨੂੰ ਵੰਡਾ 1000 ਰੁਪਏ 800 ਰੁਪਏ ਦੁੱਧ ਕਿੰਨੇ ਨੂੰ ਵੇਚਦੇ ਦੁੱਧ ਕੀ ਵੇਚਦੇ ਪਏ ਮੈਂ 120 ਰੁਪਏ ਦੁੱਧ ਹੈ ਇਹ ਤੇ 120 ਰੁਪਏ ਦੇ ਹਿਸਾਬ ਨਾਲ 20 ਕਿਲੋ ਦੁੱਧ ਕਿੰਨੇ ਦਾ ਵਾ 20 ਕਿਲੋ ਦੁੱਧ ਦਾ ਹਿਸਾਬ ਲਾ ਲਾ ਤੇ ਤੂੜੀ ਦਾ ਖਰਚਾ ਘੱਟ ਸੈਲੇ ਘੱਟ ਤੇ ਨੌਕਰੀ ਤਨਖਾਹ ਘੱਟ ਤੇ ਵੱਡ ਘੱਟ ਹਿਸਾਬ ਲਾ ਲਓ 4500 ਰੁਪਏ ਵੰਡੇ ਦਾ ਹੈ ਤੂੰ ਮੇਰੀ ਸੁਣਨਾ ਇੱਧਰ ਉਹ ਤੂੰ ਮੈਨੂੰ ਦੱਸੋ ਨਾ ਤੁਸੀਂ ਐਵੇਂ ਲੜਦੇ ਜਵਾਨ 20 ਕਿਲੋ ਦੁੱਧ ਕਿੰਨੇ ਦਾ ਯਾਰ ਮੈਂ ਤੈਨੂੰ ਦੱਸਦਾ 20 ਕਿਲੋ ਦੁੱਧ ਦਾ ਕਿੰਨੇ ਦਾ ਦੱਸ 2001 ਹੋ ਗਿਆ ਹਾਂ 2001 ਦੱਸਦਾ ਆ 100 2400 ਦਾ ਬਣਦਾ ਅੱਛਾ ਇੱਕ ਗਾਂ ਨੇ ਕਿੰਨੇ ਦੇ ਪੱਠੇ ਖਾਣੇ ਸਾਰੇ ਹੁਣ ਮੈਂ ਤੈਨੂੰ ਦੱਸਦਾ ਯਾਰ ਔਰ ਹਰ ਵਾਰੀ ਐਵੇਂ ਨਾ ਵੀ 2-3 ਮਹੀਨੇ ਉਹਨੇ ਦਿੱਤਾ 20 ਕਿਲੋ ਇਹਦਾ ਹੁਣ 10 ਕਿਲੋ ਦਿੰਦੀ ਪਈ ਆ ਇਹਦਾ 10 ਕਿਲੋ ਦਾ ਵੀ ਹਿਸਾਬ ਕਰ ਲੈ ਫਿਰ ਵੀ ਤੈਨੂੰ ਬਚਾ ਕੇ ਦੇ ਦੇ 10 ਕਿਲੋ ਦਾ ਹਿਸਾਬ ਕਰ ਲੈ ਕਿੰਨੇ ਦਾ ਬਣਦਾ 10 ਕਿਲੋ 10 ਕਿਲੋ ਦਾ ਕਿੰਨੇ ਦਾ ਬਣਦਾ ਯਾਰ ਜਿੰਨੇ ਤੈਨੂੰ ਉਂਗਲ ਦਿੱਤੀ ਆ ਜਿੰਨੇ ਤੈਨੂੰ ਉਂਗਲ ਦਿੱਤੀ ਆ ਨਾ ਵੀ ਆ ਗਾਂ ਮੈਨੂੰ ਦੇ ਦੇ ਤੇ ਮੈਂ ਉਹਨੂੰ ਜਾਣਨਾ ਓਏ ਉਹਦੀ ਯਾਰ ਧੀ ਨੂੰ ਉਹਦੀ ਉਂਗਲ ਤੇ ਨਾ ਲੱਗ ਤੂੰ ਮਿਹਰਬਾਨੀ ਕਰ ਚੰਗੇ ਡੰਗਰ ਨੂੰ ਰਹਿਣ ਦੇ ਕਰ ਇੱਥੇ 100 ਰੁਪਏ ਕਿਲੋ ਲਾ ਲਾ ਕੱਲ ਵੰਡ ਲੈ ਕੇ ਆਇਆ ਮੈਂ ਉੱਥੇ 5 ਬੋਰੀਆਂ ਔਰ ਰਾਣਾ ਕਾਕਲਾ ਸਾਡੇ ਪਿੰਡ ਦਾ ਉਹ ਜਿਹੜੀਆਂ ਛਾਪਰ ਚ ਪਾਈਆਂ ਸੀ ਮਰੇ ਕਮਲਿਆ ਕਮਲਿਆ 10 ਕਿਲੋ ਹੁਣ ਨਹੀਂ ਪਈਏ ਤਾਜੀ 20 ਸਿਰ ਉਹ ਤੇਰੀ ਕੋਪਰੀ ਨਹੀਂ ਕੰਮ ਕਰਦੀ 3 ਮਹੀਨਿਆਂ ਤੋਂ ਬਾਅਦ ਘਟ ਜਾਂਦੀ ਦੁੱਧ 3 ਮਹੀਨਿਆਂ ਤੋਂ ਬਾਅਦ ਘਟ ਜੀ 10 ਸਿਰ ਤੇ ਆ ਨਾ ਅੱਧਾ ਤਾਂ ਫੇਰ ਹੀ ਰੱਖਦੀ ਹੈ ਕਿ ਨਹੀਂ 10 ਸਿਰ ਦਾ ਹਿਸਾਬ ਤੇ ਕਰੀ ਅੱਜ 10 ਕਿਲੋ ਵਾਲਾ ਡੰਗਰ ਵਾਰੇ ਖਾਂਦਾ ਹਾਂ ਕੀ ਵਾਰੇ ਅੱਛਾ ਆ ਦਿਨ ਵਾਰੇ ਖਾਂਦੀ ਇੱਕ ਮਿੰਟ ਆ 1 2 3 ਯਾਰ ਇਹ 5-4 ਵੇਚਣੇ ਪੈਣੇ ਉਹ ਯਾਰ 3 ਪਰਾਂ ਵੀ ਇਹ ਤੇ 10 ਕਿਲੋ ਵੀ ਨਹੀਂ ਦਿੰਦੀਆਂ ਇਹ ਤਾਂ ਕਿਲੋ ਵੀ ਨਹੀਂ ਦਿੰਦੀਆਂ ਮੇਰੀ ਹੁਣ ਇਹਦਾ ਖਰਚਾ ਵੀ ਥੋੜਾ ਖਰਚਾ ਬਹੁਤ ਥੋੜਾ ਖਰਚਾ ਦਾ ਹੈ ਨਾ ਇਹ ਸਾਰੇ ਰਲ ਕੇ ਉਹਦੇ ਜਿੰਨੇ ਨਹੀਂ ਖਾਂਦੇ ਮੈਂ ਹੁਣ ਤੈਨੂੰ ਦੱਸ 10 ਕਿਲੋ ਵੰਡੇ ਦੇ 10 ਕਿਲੋ ਦੁੱਧ ਦੇ ਵਿੱਚੋਂ 1200 ਦਾ ਦੁੱਧ ਬਣਿਆ 500 ਰੁਪਿਆ ਗਿਆ ਰੋਜ਼ ਦਾ ਵੰਡ ਕਿੰਨਾ ਬਚਿਆ 700 ਦੇ ਵਿੱਚੋਂ ਵੰਡਾ 400 ਰੁਪਏ ਚਰੀ ਲੈਂਦੇ ਪਏ ਆ ਮਰਲਾ ਜ਼ਿਆਦਾ ਨਹੀਂ ਤੇ ਕੁੜੀ ਹੈ ਵੀ ਭੈਣ ਹੀ ਹੈ ਵੀ 2-3 ਪੰਡਾ ਖਾ ਜਾਂਦੀ ਅੰਗਰੇਜ਼ ਉਹ ਗਾਂ ਨਹੀਂ ਦੇਣ ਵਾਲੀ ਓ ਯਾਰ ਉਹਨੇ 5 ਮਹੀਨੇ ਦਾ ਫਲ ਸੁੱਟਦਾ ਗਾਂ ਫਰਾਲ ਹੋ ਗਈ ਗਾਂ ਨੂੰ ਅੰਦਰੋਂ ਰੌਲਾ ਬਣ ਗਿਆ ਨਹੀਂ ਅੱਲਾ ਰਹਿਮ ਕਰੇ ਉਹਨੂੰ ਚੱਕ ਰਾਵਾਂਗੇ ਐਸ ਕੇ ਬਣੇਗੀ ਨਾ ਤੇ ਹਾਂ ਫੇਰ ਕਰਾਂਗੇ
ਵੈਸੇ ਕੱਲ ਚੈੱਕ ਕਰਾਈ ਸੀ ਤੁਸੀਂ ਹੈ ਨਹੀਂ ਸੀ ਦੋਵੇਂ ਗਾਂ ਤੇ ਚੌ ਮਹੀਨੇ ਦੀ ਗੱਭਣ ਗਾਂ ਫਲ ਸੁੱਟ ਗਈ ਭਾਈ ਗੱਭਣ ਗੁੱਭਣ ਕੱਲ ਚੈੱਕ ਕਰਾਈ ਆ ਤੁਸੀਂ ਦੋਵੇਂ ਹੈ ਨਹੀਂ ਸੀ ਉਦੋਂ फल सुटिया उदन पिछे किन्ना बचा बिजली का बिल कड भैन चो महीने तीन किलो घ्यो खा जाती है अपनी बचत भी कड़ो बचत कड़ी कुछ नहीं निकलता मैं गांक वेच देने नवी एदी थां ते पा लैणी कहिंदा फल वेच लिया नहीं फिरदा दो तीन साल चो ही जानी अगर गल सुन मेरी तीन साल बाद तैयार होनी है किन्ने फल तैयार होने पता अठ टीके भी ला ला एक और सुन ला अगली कुरबानी तक आ बच्चा कुरबानी लगेगी बेचांगे दो पौने दो झोटे झोटा वेच देने बच्चा रेहड़ी पा ला तू पठे लेके आया कर समझ काम एवं आ बहू जेड़ा डंगर दुध नहीं ना देना आप रखना नहीं जानी जाके दुकान कपड़े चक ला।